ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਇਸ ਟਾਈਮ ਸਿਆਲਕੋਟ ਦੇ ਸਸਤੇ ਫਾਰਮਰ ਮੁਹੰਮਦ ਸ਼ਾਹ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਸ਼ਾਹ ਸਾਹਿਬ ਨੇ ਇੱਕ ਦਫ਼ਾ ਫਿਰ ਅੱਛੇ ਜਾਨਵਰਾਂ ਦਾ ਮੁਨਾਸਬ ਕੀਮਤ ਮੇਲਾ ਲਾਇਆ ਹੈ। ਅੱਜ ਦੀ ਇਸ ਵੀਡੀਓ 'ਚ ਟੋਟਲ 3 ਗਾਵਾਂ, ਇਸ ਤੋਂ ਇਲਾਵਾ ਇੱਕ ਝੋਟੀ ਅਤੇ ਇੱਕ ਖੀਰੀ ਵੱਛੀ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 45,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਐਡਰੈਸ ਮੈਂ ਦੋਸਤਾਂ ਨੂੰ ਸਮਝਾ ਦਿੰਦਾ, ਤਹਿਸੀਲੋ ਜ਼ਿਲ੍ਹਾ ਸਿਆਲਕੋਟ ਹੈ, ਪਿੰਡ ਦਾ ਨਾਮ ਕਰਲੂਪ, ਮੇਨ ਅੱਡਾ ਲੱਗਦਾ ਡਾਲੋਵਾਲੀ, ਡਾਲੋਵਾਲੀ ਤੋਂ ਤਕਰੀਬਨ 3-4 ਕਿਲੋਮੀਟਰ ਦੇ ਫਾਸਲੇ 'ਤੇ ਬਾਈ ਹਰਾਂ ਦਾ ਡੇਰਾ ਹੈ ਅਤੇ ਮਜ਼ੀਦ ਸਾਰੇ ਜਾਨਵਰਾਂ ਦੀ ਤਸੱਲੀ ਕਰਾ ਦਿੰਦੇ ਹਾਂ। ਬਾਈ ਸ਼ਾਹ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ ਭਾਈ ਫਰਿਆਦ, ਕਿਆ ਠੀਕ ਠਾਕ ਹੋ? ਅੱਲਾਹ ਪਾਕ ਦਾ ਸ਼ੁਕਰ ਹੈ ਬਾਈ ਸ਼ਾਹਦ, ਤੁਸੀਂ ਸੁਣਾਓ ਠੀਕ ਹੋ, ਸਭ ਹੈਰੀਅਤ? ਅੱਲਾਹ ਪਾਕ ਦਾ ਬੜੇ ਖਾਸ ਕਰਮ ਜੇ, ਸ਼ੁਕਰ ਹੈ ਦੀ ਜ਼ਾਤ ਦਾ। ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ, ਮਜ਼ੀਦ ਐਡਰੈਸ ਮੈਂ ਦੋਸਤਾਂ ਨੂੰ ਦੱਸਿਆ, ਐਡਰੈਸ ਠੀਕ ਹੀ ਦੱਸਿਆ ਜੀ? ਹਾਂਜੀ, ਇਨਸ਼ਾਅੱਲਾ ਠੀਕ ਹੈ। ਭਾਈ ਫਰਿਆਦ ਜੀ, ਅੱਲਾਹ ਪਾਕ ਦਾ ਸ਼ੁਕਰ ਹੈ। ਵੇਖੋ, ਵੀਡੀਓ ਤੋਂ ਇਲਾਵਾ ਵੀ ਹੁਣ ਅੱਗੇ ਤਰੇ ਝੋਟੀਆਂ ਸੇਲ ਹੋ ਗਈਆਂ ਨੇ, ਤਾਂ ਇੱਕ ਝੋਟੀ ਰਹਿ ਗਈ ਤੁਹਾਡੇ ਆਉਣ ਤੋਂ ਪਹਿਲਾਂ ਅੱਧਾ ਘੰਟਾ, ਤੇ ਵੱਛੀਆਂ ਜਿਹੜੀਆਂ ਪਰਲੀਆਂ ਦੋਨੋਂ ਵੀ ਸੇਲ ਹੋ ਗਈਆਂ ਨੇ? ਉਹ ਵੀ ਸੇਲ ਹੋ ਗਈਆਂ ਨੇ ਪਰਲੀਆਂ, ਹੁਣ ਇੱਕ ਐ ਵੈੜੀ, ਇੱਕ ਝੋਟੀ ਤੇ ਇੱਕ ਖੀਰੀ ਵੱਛੀ ਜੀ। ਉਹ ਤੇ ਅੱਜ ਪੈਕੇਜ ਚੰਗਾ? ਹਾਂਜੀ, ਪੈਕੇਜ ਲਾਵਾਂਗੇ ਮੁਨਾਸਬ ਰੇਟ ਦਾ, ਜੋ ਵੀ ਠੀਕ ਕਰਾਈਏ ਸ਼ੌਕ ਦੋਸਤਾਂ ਨੂੰ, ਰੇਟ ਸੋਹਣੇ ਦੇਣੇ ਨੇ। ਅੱਲਾਹ ਦੇ ਹੁਕਮ ਨਾਲ ਸਿਰ ਦੋ ਇਦਾਂ ਦਾਣੇ ਤਿੰਨ ਰਹਿ ਗਏ ਤੇ ਰੇਟ ਮੁਨਾਸਬ ਹੋਣਗੇ। ਜ਼ਿੰਦਾਬਾਦ। ਉਹ ਜਿੰਜੋ ਉਹਦਨ ਇੱਕ ਦਿਨ ਅਸੀਂ ਸਿਆਲਕੋਟ ਤੋਂ ਗੁਜ਼ਰਨੇ ਹਾਂ, ਫਿਰ ਰਾਤ ਦਾ ਟਾਈਮ ਸੀ, ਕੋਈ 10 ਵਜੇ ਹਨ ਜੀ, ਤਾਂ ਬਾਈ ਜਿਹੜੀ ਫਰੂਟ ਸੇਲ ਕਰਦੇ ਹਨ ਪੇ, ਤੇ ਉਹਨਾਂ ਦੀ ਆਵਾਜ਼ ਹੁੰਦੀ ਸੀ ਵੀ ਇੱਕ ਵਪਾਰੀ ਸੌਂ ਗਿਆ ਤੇ ਵੱਟਾ ਪੌਂ ਗਿਆ, ਯਾਨੀ ਕਿ ਉਹਦਾ ਮਾਲ ਥੋੜਾ ਰਹਿ ਗਿਆ ਸੀ, ਉਹਨੇ ਕਿਹਾ ਹੁਣ ਸੇਲ ਕਰਨਾ ਹੈ ਭਾਵੇਂ ਥੋੜੇ ਲੱਭਣ ਤੇ ਤੁਸੀਂ ਵੀ ਉਹ ਕੰਮ ਕਰਨਾ ਹੈ। ਤੁਹਾਨੂੰ ਸਪੈਸ਼ਲ ਫੋਨ ਕਰ ਸੱਦਿਆ, ਹੁਣ ਦਿਨ ਮਾਲ ਸੇਲ ਹੋ ਗਿਆ, ਲੇਕਿਨ ਹੁਣ ਤੋਹਫੇ ਦੇ ਸਮਝੋ ਦੇਣੇ ਨੇ। ਠੀਕ ਹੈ, ਲਿਆਓ ਭਾਈ ਅਕਮਲ ਸਾਹਿਬ। ਅਕਮਲ ਸਾਹਿਬ ਹੀ ਆਏ ਨੇ ਮਾਸ਼ਾਅੱਲਾ, ਮਤਲਬ ਬੜੇ ਵੀ ਰੰਡ ਮਾਂਡ ਕੀਤੀ ਵੈੜੀ ਚਾਹੀਦੀ ਹੈ ਕੋਈ ਚੰਗਾ। ਹਾਂ ਨਹੀਂ ਮਾਸ਼ਾਅੱਲਾ, ਇਹ ਗਾਵਾਂ ਦਾ ਸ਼ੋਕਰਾ ਅਸੀਂ ਵੀ ਹੁਣ ਦੋਸਤਾਂ ਨੂੰ ਕਹਿੰਦੇ ਹਾਂ ਪੇ ਕਿ ਇਹ ਬਿਮਾਰੀ ਕੰਟਰੋਲ ਹੋ ਗਈ ਹੈ ਤੇ ਗਾਵਾਂ ਦੇ ਇਹ ਕਾਫੀ ਦੋਸਤ ਇਹ ਡਿਮਾਂਡ ਕਰਦੇ ਨੇ, ਇਹ ਇੱਕ ਹੀ ਗਾਂ ਹੈ ਮਾਸ਼ਾਅੱਲਾ, ਲਿਬਾਸ ਚੰਗ ਦਿਨ ਕੱਢਦੀ ਹੈ ਤਾਂ ਦਾਦੋ ਕਮਨਰ ਜੀ ਨੂੰ ਪੂਰੀ 20 ਸਰੀ ਆਂਦੇ ਨੇ, 20 ਸਰੀ ਮੈਨ ਮਾ ਦੋ ਦੇਣ ਵਾਲੀ ਹੈ। ਦੇ ਕਿੰਨਵਾ ਸੁਆ ਨੇ ਸੁਣਾ ਨੇ, ਦੂਜਾ ਸੁਆ ਸੁਣਾ ਜੀ। ਐ ਚੈੱਕ ਕਰੋ ਮਾਸ਼ਾਅੱਲਾ, ਕੰਨ ਐਵੇਂ ਛੋਟੇ ਛੋਟੇ ਨੇ, ਕੋਈ 10 ਕੇ ਦੇ ਜਰਸੀ ਕਲਾਸ ਤੇ, ਜਰਸੀ ਤੇ ਅੱਜ ਦੀ ਜੇ ਚੋਲਸਤਾਨੀ, ਚੋਲਸਤਾਨੀ ਜਰਸੀ ਤੇ ਚੋਲਸਤਾਨੀ ਚੀਜ਼ ਜਿੰਨੀ ਵੀ ਖੂਬਸੂਰਤ ਮਾਸ਼ਾਅੱਲਾ ਕਰਾਓ ਵੀਰਾਂ ਤੁਹਾਨੂੰ। ਐ ਚੈੱਕ ਕਰੋ ਮਾਸ਼ਾਅੱਲਾ ਜੀ, 10 ਕੇ ਦਿਨ ਲਿੰਦੀ ਹੈ ਭਾਈ, ਇਹ ਲਿਬਾਸ ਹੋਈ ਹੈਗੀ, ਲਿਬਾਸ ਚੰਗਾ ਕਰ ਗਈ ਹੈ। ਐ ਚੈੱਕ ਕਰੋ ਮਾਸ਼ਾਅੱਲਾ ਜੀ, ਜਿਆਦਾ ਤਲਾਓ ਪਿੱਛੇ, ਠੀਕ ਹੈ ਸ਼ੌਂਕ ਕਰਾਓ, ਐ ਤਾਂ ਪਿਛਲੀ ਸਾਈਡ ਦਾ ਭਾਈ ਪਿੱਛੇ ਚੈੱਕ ਕਰੋ ਮਲ ਸਾਹਿਬ। ਦੂਸਰਾ ਸੁਆ ਸੋਹਣਾ, ਪ੍ਰਿੰਟ ਵੀ ਚੰਗਾ ਮਾਸ਼ਾਅੱਲਾ ਜੀ, ਵਿੱਚ ਜਿਹੜਾ ਚੋਲਸਤਾਨੀ ਕਰਾਸ ਹੈ, ਦੋਸਤ ਜਾਣਦੇ ਨੇ, ਗਰਮੀ ਵੀ ਨਹੀਂ ਜਾਨਵਰ ਕਰਦਾ ਤੇ ਜਿਹੜਾ ਦੁੱਧ ਉਹ ਵੀ ਫੈਟ ਵਾਲਾ ਹੁੰਦਾ ਮਾਸ਼ਾਅੱਲਾ ਜੀ। ਇੱਕ ਹੀ ਗਾਂ ਸੀ, ਬਾਕੀ 2 ਸੇਲ ਹੋ ਗਈਆਂ ਭਾਈ ਯਾਰਾਂ ਦੀ, ਇੱਕ ਖੀਰੀ ਵੱਛੀ ਵੀ ਦੋਸਤਾਂ ਨੂੰ ਵੀ ਸ਼ੋਅ ਕਰਾਂਦੇ ਆ ਜੀ। ਭਾਈ ਸ਼ਾਹ ਸਾਹਿਬ, ਗਾਂ ਦਾ ਰੇਟ ਸੋਹਣਾ ਜੀ, ਅੱਲਾਹ ਪਾ ਦੋ ਕੰਮਾਂ ਮੇਰੀ ਵੈਟ ਦਾ, ਕੋਈ ਦਾਣਾ ਬਿਮਾਰੀ ਦਾ ਹੋਏ, ਕਿਸੇ ਕਿਸਮ ਦਾ ਫਲਡ ਹੋਏ, ਥਣ ਦੇ ਵਿੱਚ ਬਿਮਾਰੀ ਦਾ ਨੁਕਸ ਹੋਏ, ਮੈਂ ਜ਼ਿੰਮੇਵਾਰ ਹੋਵਾਂਗਾ ਜੀ ਜੀ। ਆਉਣ ਜਾਣ ਦਾ ਇਨਸ਼ਾਅੱਲਾ ਕਿਰਾਏ ਵੀ ਭਰਾਂਗਾ, ਤੇ ਵੈੜੀ ਅੱਲਾ ਤੋਂ ਕੋਣਾ ਤਸੱਲੀ ਕਰਾ ਲਓ ਵੀਰਾਂ, ਜਰਸੀ ਤੇ ਚੋਲਸਤਾਨੀ ਹੈ ਜੀ ਜੀ, ਤੇ ਪੂਰਾ 20-22 ਲੀਟਰ ਦੁੱਧ ਡੱਬੇ ਨਾਲ ਮਿਣ ਕੇ ਸੂਵੇ ਗਈਆਂ ਤੇ ਦਿਆਂਗੇ। ਅਸੀਂ ਵੀਡੀਓ ਰੇਟ ਹੈ ਤਾਂ ਕੱਚਾ, ਕੱਚੀ ਵੈਲ ਕੱਚਾ ਰੇਟ ਹੈ, ਤੇ ਜਦੋਂ ਤਿਆਰ ਹੋਈ ਜਾਂ ਹੱਥਾਂ ਦੇ ਸਣਿਆਂ ਨੂੰ ਫਿਰ ਜਿਉਂਦੀ ਰਹੀ ਮੇਰੇ ਕੋਲ ਰਹੀ, ਤੇ ਅਗਲੀ ਵੀਡੀਓ ਨਵਾਂ ਰੇਟ ਹੋਏਗਾ। ਲਓ ਸਰ ਰੇਟ, ਇਸ ਟਾਈਮ ਦਾ ਰੇਟ ਹੋਏਗਾ ਮੁਨਾਸਬ ਸੋਹਣਾ ਜਿਹਾ ਜੀ,
2,35,000 ਰੁਪਈਆ 2,35,000। ਲੋ ਜੀ ਦੋਸਤੋ, ਜਰਸੀ ਤੇ ਚੋਲਸਤਾਨੀ ਕ੍ਰਾਸ ਕੀਮਤ ਡਿਮਾਂਡ 2,35,000 ਅੱਗੇ ਆ ਗਈ ਜੀ। ਝੋਟੀ ਮੀਣੀ ਹੈ? ਹਾਂਜੀ ਮੀਣੀ ਝੋਟੀ। ਸਿੰਗ ਹਿਲਦੇ ਨੇ ਦੋਵੇਂ? ਸਿੰਗ ਨਹੀਂ ਹਿਲਦੇ ਆ। ਨਹੀਂ ਹਿਲਦੇ? ਚਲੋ ਠੀਕ ਹੈ ਜੀ। ਐ ਚੈੱਕ ਕਰੋ ਮਾਸ਼ਾਅੱਲਾ ਜੀ, ਆ ਵੀ ਗੱਬਣ ਹੈ। ਹਾਂਜੀ ਗੱਬਣ ਤਿਆਰ ਹੈ ਬਿਲਕੁਲ। ਲੋ ਜੀ ਦੋਸਤੋ, ਐ ਚੈੱਕ ਕਰ ਲਓ ਮਾਸ਼ਾਅੱਲਾ ਜੀ, ਇੱਕ ਹੀ ਝੋਟੀ ਹੈ ਗੱਬਣ ਖਿਲਾ ਰਹੇ ਹੋ ਜੀ। ਇਹ ਹੈ ਵੀ ਪਹਿਲਵਾਨ ਮਾਸ਼ਾਅੱਲਾ, ਮੁਕੰਮਲ ਜੀ ਸਾਮਤ ਵੇਖਣੀ ਹੈ, ਚਿਹਰੇ ਦੀ ਖੂਬਸੂਰਤੀ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ। ਇਹ ਸਿੰਗ ਨਹੀਂ ਹਿਲਦੇ, ਬਿੱਲੀਆਂ ਅੱਖਾਂ ਨੇ ਤੇ ਬੱਗੀ ਮੁੱਛ। ਇਹ ਗੱਬਣ ਕਿਨਵਾ ਸੂਆ ਨੇ ਸੁਣਿਆ? ਇਹਨੇ ਦੂਜਾ ਸੂਆ ਸੁਣਾ ਦੇ ਦੂਸਰਾ। ਇਹ ਪੂਰੀ ਪਹਿਲਵਾਨ ਚੀਜ਼ ਜਿੰਨੀ ਵੀ ਖੂਬਸੂਰਤ ਮਾਸ਼ਾਅੱਲਾ ਲਿਬਾਸ ਦੋਸਤਾਂ ਵੇਖ ਲੈਣਾ। ਦਿਨ ਕਿੰਨੇ ਕੁ ਲੈਂਦੀ ਹੈ ਪੀ ਭਾਈ ਸ਼ਾਹਦ? ਵੀ 8-10 ਦਿਨ ਲੈਂਦੀ ਹੈ। 17 ਤਰੀਕ ਮੇਰੀ ਤਾਂ ਗੱਲ, ਥਾਣਾ ਵੇਖੋ ਕੋਈ ਉੱਚਾ ਨੀ ਵਾ ਜੀ ਜੀ। ਉੱਠੀ ਥਾਣ ਸੋਹਣੇ ਪੱਧਰੇ ਥਾਣ ਨੇ ਲਾ ਦੋ ਬਿਲਕੁਲ ਜੀ। ਆਹ ਚੈੱਕ ਕਰੋ ਮਾਸ਼ਾਅੱਲਾ, ਧੁਨੀ ਵੀ ਦੋਸਤਾਂ ਵੇਖ ਲੈਣੀ ਐਵੇਂ ਨਾ ਉਹਦੇ ਬਰਾਬਰ ਨਿਸ਼ਾਨੀ ਹੈ। ਇਹ 10 ਕੁ ਦਿਨ ਲੈਂਦੀ ਹੈ ਭਾਈ, 17 ਸਤੰਬਰ ਨੂੰ ਉਹਦੇ ਦਿਨ ਪੂਰੇ ਹੋਣੇ ਨੇ। ਦੂਸਰਾ ਸੂਆ ਨੇ ਸੁਣਿਆ ਜੀ, ਇੱਕ ਹੀ ਝੋਟੀ ਟੋਰੇ ਭਾਈ ਜਾਨ ਲੰਮੀ ਰੱਖ ਕੇ। ਹੋਰ ਦੋਸਤੋ ਮੁਕੰਮਲ ਨਜ਼ਾਰਾ ਕਰਨਾ, ਸਿਹਤ ਵੀ ਅੱਛੀ ਹੈ ਪੂਰੀ ਪਹਿਲਵਾਨ, ਲਾਂ ਵੀ ਚੰਗੀ, ਉੱਠਾ ਦੋਸਤਾਂ ਫਿਰ ਵੇਖ ਲੈਣਾ ਤੇ ਲਿਬਾਸ ਵੀ ਮੈਂ ਚੈੱਕ ਕਰਾ ਦੇਣਾ। ਟੋਰੋ ਭਾਈ ਇੱਕ ਮੈਂ ਲੱਗੂ ਵੱਛੀ ਲੈ ਕੇ ਆਓ। ਲੋ ਜੀ ਦੋਸਤੋ, ਆਹ ਚੈੱਕ ਕਰੋ ਮਾਸ਼ਾਅੱਲਾ ਲਿਬਾਸ ਦੋਸਤਾਂ ਚੈੱਕ ਕਰਨਾ। ਆਓ ਭਾਈ ਸ਼ਾਹਦ, ਝੋਟੀ ਦਾ ਵੀ ਰੇਟ ਸੋਹਣਾ ਡੰਗਾ ਨੇ, ਕੱਚੇ ਰੇਟਾਂ ਦਾ ਜੇ ਡੰਗਰਾਂ ਦਾ ਰੇਟ ਦਾ ਤੇ ਦਿਲ ਨਹੀਂ ਮੇਰਾ ਤੇ ਕਰਦਾ ਜੀ ਜੀ। ਸੋਹਣਾ ਜਿਹਾ ਰੇਟ ਦੋ, ਇੱਥੇ ਖਲੋ ਕੇ ਲਾ ਦੋ ਰੇਟ ਵੀ ਸੋਹਣਾ ਲਾ ਦੋ ਘੁੰਮਣਾ ਦੇ ਆਵੇਂ ਕੋਈ ਡਿਪੋ ਲਾ ਕੇ ਤੁਸੀਂ ਰੇਟ ਦਿਓ। ਚਲੋ ਸਰ ਵੇਖੋ ਲਾਪਾ ਦੋ ਕਹਣਾ, ਪੁੱਠਾ ਵੇਖੋ ਝੋਟੀ ਦਾ, ਬੰਦਰਾ ਵੇਖੋ, ਨਾਮ ਵੇਖੋ ਜੀ, ਲਵੇ ਹੁਕਮ ਨਾਲ ਬਿਲਕੁਲ ਜੀ। ਤੇ ਇਹਦਾ ਰੇਟ ਵੀ ਮੁਨਾਸਬ ਹੋਏਗਾ, ਇਸ ਵੀਡੀਓ ਰੇਟ ਹੋਏਗਾ 2,60,000 ਰੁਪਈਆ ਦਾ। 2,60,000 ਰੁਪਈਆ ਜੇ ਸੂਪੇ ਮੇਰੇ ਕੋਲ ਲਾਪਾ ਦੇ ਹੁਕਮ ਨਾਲ, ਇਹ ਕੋਲੋਂ ਮੇਰੇ ਮਹਿੰਦਰ ਵਾਲੋਂ ਆਈ ਹੈ ਗੁਜਰਾਂ ਕੋਲੋਂ ਜੀ ਜੀ। ਸੂਪੀ ਲੈ ਲਓ ਕਮਲਾ ਤੇ 20 ਲੀਟਰ ਦੁੱਧ ਦਾ ਮਿਣ ਕੇ ਦਾ ਵੀ ਦਿਆਂਗੇ ਲੈ ਲਓ ਕਮਲਾ। ਤੁਸੀਂ ਅਗਰ ਤੁਹਾਡੇ ਕੋਲ ਸੂਏ ਤੇ ਫੇਰ ਬਿਲਕੁਲ ਸੂਪੀ ਆ ਮਜ਼ੀਦ ਹਲੇ ਕੱਚੀ ਆ, ਕੋਈ ਜਿਹੜਾ ਦੋਸਤ ਲਾਈ ਜਾਂਦਾ ਜੋ ਪਾਣਾ 20 ਸਿਰ, ਇਹ ਨਹੀਂ ਕਿ ਉਹਨੂੰ ਭੁੱਖਿਆ ਮਾਰ ਕੇ ਲੈਣਾ, ਉਹਨੂੰ ਕੁਛ ਪਾ ਕੇ ਲੈਣਾ ਭਾਈ। ਫਰਿਆਦ ਹੈ ਦਾਣੇ ਨੇ ਸਮਝੋ ਕਿ ਫੜੀ ਵੀ ਰੰਗ ਦੇਣੇ ਨੇ ਤੇ ਪੱਕੀ ਗੱਲ ਡਿਮਾਂਡ ਹੀ ਇਸ ਗੱਲ ਦੀ ਗੱਲ ਹੈ ਨਾਲ ਗਾਉਂ ਸਾਡੇ ਮਿੰਦਰ ਵਾਲ ਜੀ ਜੀ ਮਸ਼ਹੂਰ ਗੁਜਰਾਂ ਨੂੰ ਗੁਜਰਾਂ ਕੋ ਝੋਟੀ ਖਾਂਗੜੀ ਬੰਦੇ ਖੜ ਕੇ ਵਨ ਲਵਾ ਖਾਂਗੜੀ 1,70,000 ਰੁਪਏ ਦੀ ਖੜੀ ਉਹਨੇ। ਨਹੀਂ ਝੋਟੀ ਚੰਗੀ ਮਾਸ਼ਾਅੱਲਾ, ਖਾਂਗੜੀ ਤੇ 900 ਦੁੱਧ ਦੇ ਬਕੌਲ ਦੇ 900 ਦੁੱਧ ਉਹਨੇ ਚੋਇਆ ਜ਼ਿੰਦਾਬਾਦ। ਤੇ ਉਹਨੇ ਵਨ ਲਿਆ ਕੇ ਮਾੜਾ ਬੰਦਾ ਇਹ ਲੋੜ ਮਜਬੂਰੀ ਡੰਗਰ ਦੀ ਕਰਦਾ, ਹੁਣ ਉਹਨੇ ਸੇਲ ਕੀਤੀ ਮੇਰੇ ਅੱਗੇ ਠੀਕ ਹੈ। ਤੇ ਇਸ ਵੀਡੀਓ ਚ ਆਹ ਰੇਟ ਹੈ ਤਾਂ ਲੱਗ ਰਹੀ ਜਨਾਬ 2,60,000 ਪਹਿਲਵਾਨ ਚੀਜ਼ ਹੈ ਜੀ, ਮੁਕੰਮਲ ਤਸੱਲੀ ਕਰਾ ਦਿੱਤੀ ਤੇ ਆ ਵੇ ਜੀ ਅੱਗੇ ਪੈਕੇਜ ਆ ਵੱਛੀ ਵੇਖ ਲਓ ਦੋਸਤ, ਹੋਰ ਵੀ ਵੇਖਦੇ ਤੇ ਦੀ ਕੀਮਤ ਵੇਖ ਕੇ ਲਾਜ਼ਮਨ ਦੋਸਤ ਵੀ ਹੈਰਾਨ ਹੁੰਦੇ, ਕੀਮਤ ਦੀ ਸਿਰਫ 45,000 ਹੈ। ਨਸਲਦਾਰ ਦੋਸਤਾਂ ਵੇਖ ਲੈਣੀ, ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦੇਣਾ। ਥਣ 4 ਹੀ ਨੇ, ਥਣ 4 ਥਣ ਵੀ ਕਾਲੇ। ਇਹ ਉਮਰ ਕਿੰਨੀ ਹੈ ਦੀ? ਉਮਰ ਹੈ ਦੀ ਕੋਈ 2 ਸਾਲ ਦੇ ਨੇੜੇ ਦੇ। 2 ਸਾਲ ਕੀ ਘੱਟ ਹੈ, ਕੋਈ ਥੋੜੀ ਜਿਹੀ ਘੱਟ ਲਾ ਲਓ ਫਿਰ ਠੀਕ ਹੈ। 2 ਸਾਲ ਦੇ ਨਜ਼ਦੀਕ ਹੀ ਹੈ ਠੀਕ ਹੈ ਬਾਈ। ਇੱਥੇ ਚੱਕਰ ਲਾਓ ਜੀ, ਨਸਲ ਕੀ ਹੈ ਦੀ? ਲੱਗ ਗਈ ਦੀ ਹਰ ਵੜੀ ਬਣੀ ਹੈ ਜਰਸੀ ਤੇ ਕ੍ਰਾਸ ਦੇ ਵਿੱਚ ਸਾਈਵਾਲ ਕ੍ਰਾਸ ਵਿੱਚ ਲੱਗਦਾ ਪਿਆ, ਕਾਲੇ ਥਣ ਨੇ ਖਿਲਾਰ ਹਾਂ ਭਾਈ। ਇੱਥੇ ਹਲਕੀ ਜੀ ਟੋਰੀ ਉੱਥੇ ਬੰਨਿਓ, ਮੈਂ ਥਣ ਚੈੱਕ ਕਰਾਵਾਂ। ਹੋਰ ਦੋਸਤੋ ਕੀਮਤ ਦੀ 45,000 ਹੈ, ਇਹ 2 ਸਾਲ ਉਮਰ ਹੈ, 2 ਸਾਲ ਤੋਂ ਕੁਛ ਮਹੀਨੇ ਘੱਟ ਹੀ ਹੁੰਦੇ, ਥਣ 4 ਤੇ ਕਾਲੇ। ਹਾਂਜੀ ਵੇਖ ਸਮਝੋ ਵੀ ਪੈਕੇਜ ਜੀ, ਇਹ ਚੈੱਕ ਕਰੋ ਜੀ ਪੈਕੇਜ ਠੀਕ ਹੈ। ਬਾਕੀ ਇਹ ਜਾਨਵਰ ਸੇਲ ਹੋ ਗਏ ਨੇ, ਇੱਕ ਇਹ ਗਾਂ ਸੇਲ ਹੋਈ ਹੈ ਤੇ ਇੱਕ ਇਹ ਗਾਂ ਸੇਲ ਹੋਈ ਹੈ। ਇਹ ਟੋਟਲ ਵੈਸੇ 3 ਗਾਵਾਂ ਸਨ, 2 ਸੇਲ ਹੋ ਗਈਆਂ ਨੇ, ਉਹਨਾਂ ਦਾ ਰੇਟ ਨਹੀਂ ਦੇਣਾ। ਇੱਕ ਝੋਟੀ ਚੈੱਕ ਕਰਾਈ, ਉਹਦਾ ਰੇਟ ਦਿੱਤਾ, ਇੱਕ ਗਾਂ ਦਾ ਵੀ ਰੇਟ ਦਿੱਤਾ ਤੇ ਵੱਛੀ ਮਾਸ਼ਾਅੱਲਾ ਪੈਕੇਜ ਹੀ ਸੀ। ਹੋਰ ਕੋਈ ਭਾਈ ਸਾਹਿਬ? 3 ਡੰਗਰ ਸੇਲ ਹੋ ਗਏ ਨੇ ਭਾਈ, ਜ਼ਰਾ ਬਾਹਰ ਨੂੰ ਆਈਓ। ਅੱਛਾ 3 ਸੇਲ ਹੋ ਗਏ ਨੇ ਜੀ ਭਾਈ ਸ਼ਾਹਦ। 2 ਝੋਟੀਆਂ ਤੇ ਇੱਕ ਵੈੜੀ ਖਰੀਦੀ ਹੈ ਠੀਕ ਹੈ, ਲੇਕਿਨ ਗੱਡੀ ਆ ਲੇਟ ਹੋ ਗਿਆ, ਪਹੁੰਚ ਨਹੀਂ ਸਕਿਆ ਥੋੜਾ ਜਿਹਾ।
ਅੱਲਾ ਜਾਣੇ ਫਿਰ ਕੋਈ ਯਾਨੀ ਕਿ ਜਾਨਵਰ ਉਹ ਵੀ ਆ ਰਹੇ ਨੇ ਮਜ਼ੀਦ ਅਗਰ ਕਿਸੇ ਲੈਣਾ ਹੋਏ ਤਾਂ ਮਜ਼ੀਦ ਖਰਾਬ ਦਾ ਕਰ ਸਕਦਾ WhatsApp ਤੇ ਮੇਰਾ ਮਾਲ ਅੱਗੇ ਬੜਾ ਵਿਕਦਾ ਵੀਡੀਓ ਤੋਂ ਇਲਾਵਾ ਵੀ ਜੀ ਜੀ ਜਿਸ ਭਰਾ ਨੂੰ ਰਾਬਤਾ ਕਰਨਾ ਹੋਏ WhatsApp ਤੇ ਕਰਦਾ ਉਹਨੂੰ ਵੀਡੀਓ ਕਾਲ ਦਿਆਂਗੇ ਵੇਖ ਤੱਕ ਸਕਦਾ ਜ਼ਿੰਦਾਬਾਦ ਇੱਕ ਨਾਰਾ ਲਾਣਾ ਜ਼ੋਰਦਾਰ ਇੰਡੀਆ ਤੱਕ ਵਸ ਜਾਏ ਇਨਸ਼ਾ ਅੱਲਾ ਪਾਕਿਸਤਾਨ ਜ਼ਿੰਦਾਬਾਦ।